ਨਾ, ਅਸੀਂ ਤਾਂ ਇਹਨੂੰ ਅੰਧ ਵਿਸ਼ਵਾਸ ਨਹੀਂ ਸਮਝਦੇ। ਸਾਡਾ ਵਿਸ਼ਵਾਸ ਹੈ ਵੀ ਜੇ ਅਸੀਂ ਗੁੱਡੀ ਫੂਕੀ ਤਾਂ ਸਾਡੇ ਕਹੇ ਤੋਂ ਰੱਬ ਨੇ ਮੀਂਹ ਪਾਇਆ। ਸਾਨੂੰ ਪੂਰਾ ਪਰਮਾਤਮਾ 'ਤੇ ਵਿਸ਼ਵਾਸ ਹੈ। ਫਿਰ ਸਾਨੂੰ ਤਾਂ ਵੀ ਇਸ ਗੱਲ ਤੇ ਪੂਰਾ ਵਿਸ਼ਵਾਸ ਹੈ। ਉਹ ਜਿਹੜੇ ਅੰਧ ਵਿਸ਼ਵਾਸ ਕਹਿਣ ਵਾਲੇ ਨੇ ਉਹਨਾਂ ਨੂੰ ਕੁਛ ਨੀ ਪਤਾ ਇੱਕ ਫੋਨ ਤੋਂ ਬਿਨਾਂ। ਉਹਨਾਂ ਨੂੰ ਕਿਸੇ ਮਾਂ ਦਾ, ਨਾ ਬਾਪ ਦਾ, ਨਾ ਭੈਣ ਭਾਈ ਦਾ, ਕਿਸੇ ਦਾ ਨਹੀਂ ਪਤਾ ਉਹਨਾਂ ਨੂੰ। ਉਹਨਾਂ ਨੂੰ ਤਾਂ ਬਸ ਇੱਕ ਇਹੀ ਪਤਾ ਵੀ ਫੋਨ ਕਿਵੇਂ ਚੱਲਦਾ, ਕੀ ਇਹਦੇ 'ਚ ਚੱਲਦਾ। ਉਹਨਾਂ ਨੂੰ ਹੋਰ ਕੁਛ ਨਹੀਂ ਪਤਾ। ਸਾਨੂੰ ਹਾਂ, ਸਾਨੂੰ ਵਿਸ਼ਵਾਸ ਸੀ, ਅਸੀਂ ਕਰਿਆ ਅਤੇ ਹੋਇਆ, ਸਾਡੀ ਗੱਲ ਪੂਰੀ ਹੋਈ ਵੀ ਹਾਂ ਅਸੀਂ ਅੱਗੇ ਵੀ ਕਰਦੇ ਹਾਂ। ਹਰੇਕ ਸਾਲ ਅਸੀਂ ਇਹੀ ਕੰਮ ਕਰਦੇ ਹਾਂ, ਗੁੱਡੀ ਫੂਕਦੇ ਹਾਂ ਅਤੇ ਮੀਂਹ ਜ਼ਰੂਰ ਪੈਂਦਾ। ਇਹ ਸਾਡੇ ਵਿੱਚ ਜੀ ਬਜ਼ੁਰਗ ਨੇ, ਸਾਡੇ ਨਾਲ ਬਜ਼ੁਰਗ ਹੈਗੇ, ਉਹਨਾਂ ਨੇ ਕਿਹਾ ਸੀ ਵੀ ਗੁੱਡੀ ਆਪਾਂ ਫੂਕਦੇ ਹਾਂ, ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਇਹ ਪਹਿਲਾਂ ਤੋਂ ਹੀ ਫੂਕਦੇ ਆ ਰਹੇ ਨੇ ਜੀ। ਪੁਰਾਣੇ ਜ਼ਮਾਨੇ ਤੋਂ ਚੱਲੀ ਆ ਰਹੀ ਹੈ ਇਹ ਪ੍ਰਥਾ ਗੁੱਡੀ ਫੂਕਣ ਦੀ। ਗੁੱਡੀ ਫੂਕਣ ਤੋਂ ਬਾਅਦ ਮੀਂਹ ਪੈਂਦਾ ਜੀ, ਤਾਂ ਅਸੀਂ ਰਲ ਮਿਲ ਕੇ ਉਪਰਾਲਾ ਕੀਤਾ ਵੀ ਚਲੋ ਆਪਾਂ ਕਰ ਲੈਂਦੇ ਹਾਂ ਇਹ। ਫਿਰ ਗੁੱਡੀ ਫੂਕੀ ਗਈ, ਸਾਰਾ ਕੀਤਾ ਗਿਆ ਇਹ ਅਤੇ ਮੀਂਹ ਆਇਆ। ਠੀਕ ਹੈ, ਸੋ ਇਹ ਕਿੰਨਾ ਸਮਾਂ ਲੱਗਦਾ ਜਦੋਂ ਗੁੱਡੀ ਫੂਕਦੇ ਹੋ, ਕੀ ਜਿਹੜੀ ਹੈਗੀਆਂ ਨੇ ਰਸਮਾਂ ਕੀਤੀ ਜਾਂਦੀਆਂ ਨੇ ਇਸ ਦੇ ਦੌਰਾਨ? ਹਾਂਜੀ, ਇੱਕ ਦਿਨ ਪਹਿਲਾਂ ਜਾ ਕੇ ਦੇਖੋ, ਘਰ ਘਰ ਜਾ ਕੇ ਸਾਡੇ ਦੋ ਬੀਬੀਆਂ ਨੇ ਗੁੜ ਇਕੱਠਾ ਕੀਤਾ ਜੀ, ਤੇਲ, ਗੁੜ, ਤੇਲ ਹੋ ਗਿਆ, ਜਿਵੇਂ ਆਟਾ ਹੋ ਗਿਆ, ਇਹ ਤਿੰਨੋਂ ਚੀਜ਼ਾਂ ਗੁਲਗੁਲਿਆਂ ਵਾਸਤੇ ਚਾਹੀਦੀਆਂ ਹੁੰਦੀਆਂ ਨੇ ਜੀ। ਬਾਕੀ ਬਾਲਣ ਹੋ ਗਿਆ, ਇਹ ਸਮਾਨ ਇਕੱਠਾ ਕੀਤਾ ਗਿਆ ਜੀ। ਦੂਸਰੇ ਦਿਨ ਫਿਰ ਦੁਪਹਿਰੇ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ ਬਣਾਉਣ ਦਾ। ਇੰਨੀ ਮਿਹਨਤ ਨਾਲ ਇਹ ਪ੍ਰਥਾ ਕੀਤੀ, ਸ਼ਰਧਾ ਨਾਲ, ਸ਼ਰਧਾ ਭਾਵ ਨਾਲ, ਉਸਦੇ ਬਾਵਜੂਦ ਵੀ ਸੋਸ਼ਲ ਮੀਡੀਆ 'ਤੇ ਕਈ ਵਿਦਵਾਨ ਨੇ ਜਿਹੜਾ ਇਸ ਦੀ ਨਿਖੇਧੀ ਕਰਨ ਨਹੀਂ ਕੀਤਾ, ਅੰਧ ਵਿਸ਼ਵਾਸ ਹੈ। ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ, ਹਾਲਾਂਕਿ ਤੁਹਾਡੀ ਗੁੱਡੀ ਫੁੱਕ ਦੀ ਪ੍ਰਥਾ ਤੋਂ ਬਾਅਦ ਮੀਂਹ ਪਿਆ? ਹਾਂਜੀ 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 ਹਾਂਜੀ, ਇਹ ਉਹਨਾਂ ਦੀ ਸੋਚ ਹੈ ਜੀ, ਨੈਗੇਟਿਵ ਸੋਚ ਹੈ ਜੀ ਉਹਨਾਂ ਦੀ। ਉਹ ਸੋਚਦੇ ਨੇ ਵੀ ਅੰਧ ਵਿਸ਼ਵਾਸ ਹੈ, ਪਰ ਦੇਖੋ ਸਾਡੇ ਬਜ਼ੁਰਗ ਕਹਿ ਰਹੇ ਸੀਗੇ ਵੀ ਆਪਣੀ ਸ਼ੁਰੂ ਤੋਂ ਇਹ ਚੱਲੀ ਆ ਰਹੀ ਹੈ ਵੀ ਬਣਾਉਂਦੇ ਨੇ ਗੁੱਡੀ ਗੁਲਗਲੇ, ਬਣਾਉਂਦੇ ਨੇ ਗੁੱਡੀ ਫੂਕਦੇ ਨੇ, ਮੀਂਹ ਆ ਜਾਂਦਾ। ਉਹ ਬਜ਼ੁਰਗਾਂ ਨੇ ਸਾਨੂੰ ਕਿਹਾ ਜੀ, ਅਸੀਂ ਉਹਨਾਂ ਦੇ ਵਚਨਾਂ 'ਤੇ ਫੁੱਲ ਚਾੜੇ, ਅਸੀਂ ਰਲ ਮਿਲ ਕੇ ਉਪਰਾਲਾ ਕੀਤਾ ਅਤੇ ਇੰਦਰ ਦੇਵਤਾ ਨੂੰ ਪ੍ਰੇ ਕੀਤੀ ਰਲ ਮਿਲ ਕੇ ਅਸੀਂ, ਅਤੇ ਚਲੋ ਭਗਵਾਨ ਸਾਡੀ ਪ੍ਰੇ 'ਤੇ ਖੁਸ਼ ਵੀ ਹੋਇਆ ਜੀ, ਮੀਂਹ ਵੀ ਆਇਆ, ਮੌਸਮ ਵੀ ਠੰਡਾ ਹੋਇਆ। ਜਿਹੜੇ ਆਧੁਨਿਕ ਸਮੇਂ 'ਤੇ ਜਿਹੜੀ ਇਹ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ, ਵੀ ਕਿਤੇ ਨਾ ਕਿਤੇ ਉਹ ਪੁਰਾਣੀ ਪ੍ਰਥਾ ਨੂੰ ਉਹ ਇੱਕ ਤਰ੍ਹਾਂ ਦਾ ਲਾਈਟ ਵੀ ਲੈਂਦੀ ਹੈ, ਵੀ ਅੰਧ ਵਿਸ਼ਵਾਸ। ਚਲੋ ਜੀ, ਉਹ ਆਪਣੇ ਆਪ ਨੂੰ ਜ਼ਿਆਦਾ ਪੜ੍ਹੇ ਲਿਖੇ ਸਮਝਦੇ ਨੇ ਅੱਜ ਕੱਲ੍ਹ, ਜਿਵੇਂ ਯੁੱਗ ਚੱਲ ਰਿਹਾ ਉਹਨਾਂ ਨੂੰ ਐਂ ਲੱਗਦਾ ਵੀ ਅੰਧ ਵਿਸ਼ਵਾਸ ਹੈ, ਪਰ ਇਹ ਨਹੀਂ, ਸ਼ਰਧਾ ਦੇ ਫੁੱਲ ਨੇ ਜੀ ਇਹ। ਅਸੀਂ ਭਗਵਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਗੁਲਗਲੇ ਬਣਾਏ, ਸਭ ਕੁਛ ਕੀਤਾ, ਤਾਂ ਇੰਦਰ ਦੇਵਤਾ ਨੇ ਖੁਸ਼ ਹੋ ਕੇ ਸਾਡੇ, ਬਾਰਿਸ਼ ਕੀਤੀ, ਸਾਰਿਆਂ ਨੂੰ ਫਾਇਦਾ ਹੋਇਆ, ਦੇਖੋ ਠੰਡਕ ਹੋਈ। ਤੁਸੀਂ ਦੇਖ ਹੀ ਰਹੇ ਹੋ ਜੀ ਮੌਸਮ ਦਾ ਕਿੰਨਾ ਫਰਕ ਹੈ ਜੀ, ਮੀਂਹ ਵੀ ਪਿਆ, ਹਵਾ ਵੀ ਠੰਡੀ ਚੱਲ ਰਹੀ ਹੈ। ਨਾ ਜੀ, ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਇੱਕ ਵਾਰੀ ਕਰਦੇ ਨੇ, ਉਪਰਾਲਾ ਕਰਨਾ ਕੋਈ ਸੌਖਾ ਨਹੀਂ ਹੈਗਾ ਜੀ, ਦੋ ਦਿਨ ਲੱਗ ਗਏ ਪੂਰੇ ਇਹਨੂੰ, ਅਤੇ ਇੱਕ ਵਾਰੀ ਫੁੱਕੀ ਜਾਂਦੀ ਹੈ ਜੀ, ਮੀਂਹ ਆ ਵੀ ਜਾਂਦਾ। ਦੇਖੋ ਹੁਣ ਸਟਾਰਟਿੰਗ ਹੀ ਹੋ ਗਈ, ਮੌਨਸੂਨ ਆ ਰਹੀਆਂ ਨੇ ਜੀ, ਆਹ ਥੋੜ੍ਹਾ ਮੌਸਮ ਠੰਡਾ ਹੋ ਗਿਆ, ਹੁਣ ਚੱਲਦਾ ਰਹੇਗਾ ਮੀਂਹ ਬਾਰਿਸ਼। ਹਾਂਜੀ, ਇਹ ਅਸੀਂ ਤਾਂ ਨਹੀਂ ਸ਼ੁਰੂ ਕੀਤੀ ਜੀ, ਸਾਡੇ ਬਜ਼ੁਰਗ ਨੇ ਜਿਹੜੇ ਉਹ ਸਾਨੂੰ ਇਸ ਬਾਰੇ ਦੱਸਦੇ ਨੇ, ਅਸੀਂ ਉਹਨਾਂ ਦੇ ਕਹੇ ਅਨੁਸਾਰ ਚੱਲੇ। ਅਸੀਂ ਜਿਵੇਂ ਸਾਰਿਆਂ ਨੇ ਇਕੱਠੇ ਹੋ ਕੇ ਰਾਸ਼ਨ ਇਕੱਠਾ ਕਰਿਆ, ਗੁੱਡੀ ਫੁੱਕੀ, ਅਤੇ ਮੌਸਮ 'ਚ ਵੀ ਫੇਰ ਬਦਲਾਅ ਆਇਆ ਜੀ, ਬਾਰਿਸ਼ ਹੋਈ ਹੈ, ਪਰ ਸਾਨੂੰ ਲੱਗਦਾ ਵੀ ਇਹ ਸਾਡੇ ਕਰਕੇ ਹੋਇਆ। ਅਸੀਂ ਜਿਸ ਤਰ੍ਹਾਂ ਗੁਰਬਾਣੀ 'ਚ ਵੀ ਲਿਖਿਆ ਵੀ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪਕਾਰ, ਜਦੋਂ ਕਿ ਇੱਕ ਬੰਬੀਹੇ ਦੀ ਪਕਾਰ ਸੁਣ ਸਕਦਾ ਪਰਮਾਤਮਾ, ਫਿਰ ਇੱਕ ਇਨਸਾਨ ਦੀ ਕਿਉਂ ਨਹੀਂ ਸੁਣ ਸਕਦਾ? ਅਸੀਂ ਉਸ ਪਰਮਾਤਮਾ ਨੂੰ, ਖੁਦਾ ਨੂੰ ਇਹ ਜਾਣ ਕੇ ਵੀ ਹਾਂ ਸਾਡੀ ਪਕਾਰ ਸੁਣੂਗਾ, ਅਸੀਂ ਆਪਣੀ ਮਿਹਨਤ ਕੀਤੀ ਅਤੇ ਸਾਡੀ ਮਿਹਨਤ ਨੂੰ ਫਲ ਲਾਇਆ। ਤੁਸੀਂ ਸ਼ਰਧਾ ਭਾਵ ਨਾਲ ਗੁੱਡੀ ਫੁੱਕੀ, ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਜਿਹੜੇ
ਵਿਦਵਾਨ ਨੇ ਉਹ ਕਹਿੰਦੇ ਨੇ ਕਹਿੰਦੇ ਅੰਧ ਵਿਸ਼ਵਾਸ ਹੈ ਤਾਂ ਕੋਈ ਤੱਥ ਨਹੀਂ ਬਣਦਾ ਇਸ ਦਾ। ਹਾਂਜੀ ਇਹਦੇ ਪ੍ਰਤੀ ਸਭ ਦੀ ਆਪਣੀ ਆਪਣੀ ਸੋਚ ਹੈ, ਕੋਈ ਕਿਵੇਂ ਲੈਂਦਾ ਕਿਸ ਗੱਲ ਨੂੰ, ਕੋਈ ਕਿਵੇਂ ਲੈਂਦਾ। ਅਸੀਂ ਇਸ ਗੱਲ ਨੂੰ ਇਹ ਪੋਜ਼ਿਟਿਵ ਸੋਚਿਆ, ਕਈ ਨੈਗੇਟਿਵ ਸੋਚਦੇ ਨੇ, ਉਹ ਆਪਣੀ ਆਪਣੀ ਸੋਚ ਹੈ।